ਤੁਹਾਡੇ ਕੇ ਆ ਰਹੇ ਸੀਗੇ 5:30 ਵਜੇ ਸਾਨੂੰ, ਮੈਂ ਫੋਨ ਕਰਿਆ, ਮਹਾਂ ਬੀਬੀ ਵੀ ਠੀਕ ਠਾਕ ਹੋ? ਮੈਨੂੰ ਕਹਿੰਦੇ ਵੀ ਅਸੀਂ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ, ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭਾ ਵੀ ਸੁੱਖ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ। ਉਹ ਤੋਂ ਬਾਅਦ ਆ ਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ, ਕਹਿੰਦਾ ਵਾਪਰ ਗਏ। ਨਿਜ਼ਾਮਪੁਰ ਪਿੰਡ ਤੋਂ ਬਾਬਾ ਪ੍ਰਭਾਤ ਸਿੰਘ ਦੇ ਆ ਰਹੀ ਸੀ, ਡੇਰਾ ਸਾਹਿਬ ਤੋਂ ਯਾਦ ਸੀ ਕਿ ਆ ਰਹੀ ਸੀ ਬਾਬਾ ਪ੍ਰਭਾਤ ਸਿੰਘ ਤੋਂ? ਅੱਛਾ, ਆ ਸਾਨੂੰ ਤਾਂ ਯਾਰ 7 ਵਜੇ ਪਤਾ ਲੱਗਿਆ ਵੀ ਗੱਡੀ ਨਹਿਰ 'ਚ ਡਿੱਗੀ। ਅੱਛਾ, ਅਸੀਂ ਫਿਰ ਪਿੰਡੋਂ ਆਏ ਨਿਜ਼ਾਮਪੁਰ ਤੋਂ ਜੀ। ਅਤੇ ਹੋਇਆ ਕਿੱਦਾਂ ਹਾਦਸਾ ਇਹ ਜੀ? ਪਤਾ ਨਹੀਂ ਲੱਗਿਆ, ਉਰੇ ਆ ਮੁੰਡੇ ਹੀ ਸੀ। ਹਾਂਜੀ, ਵੀ ਸਾਨੂੰ ਤਾਂ ਖੜਕੇ ਦਾ ਹੀ ਪਤਾ ਲੱਗਿਆ। ਅੱਛਾ ਅੱਛਾ, ਇਹ 'ਚ ਕਿਹਦੀ ਨਹਿਰ 'ਚ ਡਿੱਗੇ ਪਤਾ ਜੀ ਕੋਈ? ਹਾਂ, ਨਹਿਰ 'ਚ ਡਿੱਗੇ 2 ਬੱਚੇ ਜੀ। 2 ਬੱਚੇ? ਹਾਂਜੀ, ਕੀ ਕੀ ਨਾਂ ਸੀ ਬੱਚੇ ਦਾ? ਇੱਕ ਦਾ ਸੁਖਪ੍ਰੀਤ ਸੀ ਜੀ। ਹਾਂਜੀ, ਕੁੜੀ ਦਾ ਨਹੀਂ ਪਤਾ, ਸਾਡੀ ਰਿਸ਼ਤੇਦਾਰ ਨੇ। ਅਤੇ ਬਾਕੀ ਕਿੰਨੇ ਮੈਂਬਰ ਸੀ ਗੱਡੀ 'ਚ? 16 ਜਣੇ ਜੀ। ਬਾਕੀ ਠੀਕ ਆ ਸਾਰੇ? ਬਾਕੀ ਬਹੁਤ ਸੱਟਾਂ ਲੱਗੀਆਂ ਨੇ ਜੀ। ਕਿੱਥੇ? ਅੱਛੀ ਜੀ ਨਹੀਂ, ਚਮਕੌਰ ਸਾਹਿਬ ਆਪਣੇ ਉੱਥੇ ਹੌਸਪੀਟਲ ਦੇ। ਹਾਂਜੀ, ਇਹ ਤੁਹਾਡੇ ਕੀ ਲੱਗਦਾ ਸੀ ਜਿਹੜਾ ਬੱਚਾ ਸੀਗਾ ਉਹ? ਮੇਰਾ ਦੋਹਤਾ ਵੀ ਸਾਡੇ ਕੋਲ ਹੀ ਪਾਲ ਅਸੀਂ ਪਾਲੇ ਸੀ। ਅੱਛਾ, ਕਿੰਨੀ ਕਿੰਨੀ ਬੱਚੇ ਦੋਵਾਂ ਦੀ ਉਮਰ ਕਿੰਨੀ ਹੈ? ਉਹ ਮੁੰਡੇ ਦੀ ਤਾਂ ਹੈਗੀ 7 ਸਾਲ ਦੀ ਜੀ, ਕੁੜੀ ਦੀ 9 ਸਾਲ ਦੀ। ਅੱਛਾ, ਕਿੰਨੇ ਬਾਕੀ ਜਿਹੜੇ ਜ਼ਖਮੀ ਉਹਨਾਂ ਦੇ ਕਿਹੜੇ ਕਿਹੜੇ ਨਾਂ ਕੀ ਹੈ ਜ਼ਖਮੀਆਂ 'ਚ? ਜ਼ਖਮੀਆਂ ਦੇ ਜੀ 9 ਤਾਂ, ਇੱਕ ਨੂੰ ਬਲਜਿੰਦਰ ਸਿੰਘ ਆ ਜੀ, ਇੱਕ ਨੂੰ ਜੀਵਨ ਸਿੰਘ ਆ ਜੀ, ਮੇਰੀ ਮਾਤਾ ਨੂੰ ਮਹਿੰਦਰ ਕੌਰ ਆ ਜੀ, ਚਾਚੀ ਨੂੰ ਹੈਗਾ ਜੀ ਗਿਆਨ ਕੌਰ ਜੀ, ਮੇਰੀ ਭੈਣ ਨੂੰ ਕਰਮਜੀਤ ਕੌਰ ਜੀ, ਉਹਦੀ ਕੁੜੀ ਤੀ ਜੀ ਕਾਲੇ ਰਹਿੰਦੇ ਨੇ, ਉਹਦੀ ਗਾਹਾਂ ਕੁੜੀ ਤੀ ਜੀ। ਸਾਰੇ ਜ਼ਖਮੀ ਨੇ ਜੀ? ਸਾਰੇ ਜ਼ਖਮੀ ਨੇ, ਇੱਕ ਮੇਰਾ ਭਰਾ ਤੇ ਗੁਰਦੀਪ ਸਿੰਘ ਜੀ। ਇਹ ਨਹਿਰ 'ਚ ਕਿੱਦਾਂ ਡਿੱਗੇ ਬੱਚੇ? ਪਤਾ ਨਹੀਂ ਜੀ, ਆਉਂਦੇ ਆਉਂਦੇ ਜੀ ਇੱਧਰ ਨੂੰ ਗੱਡੀ ਪਲਟ ਗਈ। ਕਿੱਦਾਂ ਹੋਇਆ ਹਾਦਸਾ ਜੀ ਇਹ? ਯਾਰ ਵੀਰੇ ਲੱਗਦਾ ਨੀਂਦ ਨੂੰਦ ਦੇ ਵਿੱਚ ਡਿੱਗ ਰਹੀ ਹੈ। ਅੱਛਾ ਅੱਛਾ, ਕਿੱਦਾਂ ਬੱਸ ਗੱਡੀ ਵਿੱਚ ਡਿੱਗੀ ਸੀਗੀ? ਵਿੱਚ ਡਿੱਗ ਗਈ। ਅੱਛਾ, ਕਿੰਨੇ 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 ਕਿਹਦੀ ਡੈਥ ਹੋਈ ਪਤਾ ਲੱਗਿਆ ਕੁਛ? ਬਾਈ, 2 ਕੁੜੀਆਂ ਦੀ ਡੈਥ ਹੋ ਗਈ। ਹਾਂਜੀ, ਇੱਕ ਮੁੰਡਾ ਲਾਪਤਾ ਨਹਿਰ 'ਚ ਗਿਰ ਗਿਆ, 3 ਕਥਾਲ ਦਾ। ਅੱਛਾ, 3 ਬੱਚੇ ਸੀਗੇ? ਹੈ, 3 ਬੱਚੇ। ਬਾਕੀ ਜ਼ਖਮੀ ਹੋਏ ਸਾਰੇ? ਹਾਂਜੀ, ਬਾਕੀ ਜ਼ਖਮੀ। ਠੀਕ, ਕਿੰਨੇ ਕਿੰਨੇ ਨੇ ਕੱਢਿਆ ਕਿ ਪੁਲਿਸ ਨੇ ਕੱਢਿਆ ਕਿ ਤੁਸੀਂ ਕੱਢਿਆ? ਪੁਲਿਸ ਨੇ ਆ ਕੇ ਕੱਢਿਆ, ਸਾਡੇ ਪਿੰਡ ਦੇ ਸੀਗੇ ਉਹਨਾਂ ਨੇ, ਸਾਰਿਆਂ ਨੇ, ਇੱਥੇ ਬਥੇਰੀ ਪਬਲਿਕ ਇਕੱਠੀ ਹੋ ਗਈ ਸਾਰਿਆਂ ਨੇ। ਠੀਕ, ਇੱਕ ਰਾਣੀ ਵਿੱਚ ਨਹਿਰ 'ਚ? ਹਾਂਜੀ ਹਾਂਜੀ। ਦਾਈ ਹਾਸਾ ਵਾਪਰਿਆ ਵਾ, ਇਹਦੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਆ। ਇੱਕ ਨਵੀਂ ਪਿਕਅਪ ਜੀਪ 'ਤੇ ਨਿਜ਼ਾਮਪੁਰ ਪਿੰਡ ਪੈਲ ਦੇ ਕੋਲ ਆ, ਉੱਥੇ ਦੇ ਸਾਰੇ ਰਿਸ਼ਤੇਦਾਰ ਸੀ, ਆਪ ਨਵੀਂ ਜੀਪ ਲੈ ਕੇ ਮਹਿੰਦਰਾ ਪਿਕਅਪ 'ਤੇ ਸਵਾਰ ਹੋ ਕੇ ਇਹ ਜਾ ਰਹੇ ਆਏ, ਬੜਾ ਬਾਬਾ ਪ੍ਰਭਾਤ ਸਿੰਘ ਨੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਸਵੇਰੇ ਸਾਜਰੇ ਤੜਕੇ 7 ਵਜੇ ਕਰੀਬ ਹਾਦਸਾ ਵਾਪਰ ਗਿਆ, ਅਤੇ ਹਾਦਸੇ ਦੇ ਵਿੱਚ ਜੋ ਪਤਾ ਲੱਗਿਆ 15 ਤੋਂ 16 ਵਿਅਕਤੀ ਜ਼ਖਮੀ ਹੋ ਗਿਆ, ਅਤੇ ਵਿੱਚੋਂ 3 ਬੱਚਿਆਂ ਦੀ ਮੌਤ ਹੋ ਗਈ ਹੈ, ਜਿਹਨਾਂ ਵਿੱਚੋਂ 2 ਬੱਚਿਆਂ ਦੀ ਡੈਡ ਬੋਡੀ ਬਰਾਮਦ ਕਰ ਲਈ ਗਈ, 1 ਬੱਚੇ ਦੀ ਡੈਡ ਬੋਡੀ ਹਜੇ ਨਹਿਰ ਦੇ ਵਿੱਚੋਂ ਕੱਢੀ ਜਾ ਰਹੀ ਹੈ, ਅਤੇ ਮੌਕੇ 'ਤੇ ਪੁਲਿਸ, ਮਾਛੜਾ ਪੁਲਿਸ ਪਹੁੰਚ ਗਈ ਆ। ਪਬਲਿਕ ਨੇ ਸਭ ਸਾਡੇ ਆਫਿਸਰ ਨੇ ਆਪਣਾ ਪ੍ਰਬੰਧ ਕਰਕੇ ਗੱਡੀ ਨੂੰ ਬਾਹਰ ਕੱਢ ਕੇ, ਅਤੇ ਬਾਕੀ ਸਵਾਰੀਆਂ ਨੂੰ ਬਾਹਰ ਕੱਢ ਕੇ ਕੱਢਣ ਦਾ ਯਤਨ ਕੀਤਾ। ਇਹ 'ਚ ਕਿੰਨੇ ਕੀ ਡੈਥ ਹੋ ਗਈ ਅੱਜ? ਬਾਕੀ ਵਾਲੇ ਤੋਂ ਡੈਥ ਕਿੰਨੀ ਹੋਈ ਹੈ ਜੀ? ਇਹਨੇ 3 ਕਰੀਬ 3 ਦੀ ਡੈਥ ਹੋ ਗਈ ਹੈ, ਬਾਕੀ ਬੱਚੇ 3 ਨੇ। ਹਾਂਜੀ, 3 ਦਾ ਨਾਂ ਕੀ ਬੱਚੇ ਪਤਾ ਕੋਈ ਜੀ? ਨਹੀਂ, ਹਜੇ ਕੁਛ ਵੀ, ਹਜੇ ਐਂਟੀਬੈਸ਼ਨ ਕੋਈ ਨਹੀਂ ਆਈ, ਹਜੇ ਡੈਡ ਬੋਡੀ ਸਭ ਤੋਂ ਪਹਿਲਾਂ ਹੀ ਭੇਜਦੇ ਹਾਂ। ਇੱਕ ਲੜਕੀ ਦੀ ਹੈ, ਲੜਕੀ ਦੀ ਦੋ ਲੜਕੀ ਹੈ। ਅੱਛਾ ਜੀ, ਅਤੇ ਜ਼ਖਮੀ ਕਿੰਨੇ ਕਾ ਪਤਾ ਕੁਝ ਇਹ 'ਚ? ਇਹਦਾ 15 ਕੁ ਮਿੰਟ ਆਏ ਹੁਣ, ਬਾਕੀ ਐਂਟੀਬੈਸ਼ਨ ਆਉਣ 'ਤੇ ਪਤਾ ਲੱਗੂਗਾ ਵੀ ਜਿਹੜੀ ਜਿਹੜੀ ਐਂਟੀਬੈਸ਼ਨ।